ਇਹ ਜੀ ਅੱਜ ਸਾਡੇ ਸੈਂਟਰਲ ਸਬ ਡਿਵੀਜ਼ਨ ਦੀ ਪੁਲਿਸ ਨੇ 2 ਕਿੱਲੋ ਅਫੀਮ ਰਿਕਵਰ ਕੀਤੀ ਹੈ, ਜਿਹਦੇ ਵਿੱਚ 2 ਦੋਸ਼ੀ ਜਿਨ੍ਹਾਂ 'ਚੋਂ ਇੱਕ ਬੰਦਾ ਹੈ, ਇੱਕ ਫੀਮੇਲ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਔਰ ਇਹ ਜਿਹੜੇ ਹੈਗੇ ਆ ਝਾਰਖੰਡ ਦੇ ਰਹਿਣ ਵਾਲੇ ਆ, ਔਰ ਇਹ ਝਾਰਖੰਡ ਤੋਂ ਹੀ ਆ ਰਹੇ ਸੀਗੇ ਔਰ ਦੁਰਗਿਆਨਾ ਐਕਸਪ੍ਰੈਸ ਦੇ ਵਿੱਚ ਟ੍ਰੇਨ 'ਚ ਆਏ ਸੀਗੇ ਰੇਲਵੇ ਸਟੇਸ਼ਨ ਤੋਂ, ਅਤੇ ਕਾਜ਼ੀ ਮੰਡੀ ਦੇ ਲਾਗੋ ਅਸੀਂ ਇਹਨਾਂ ਨੂੰ ਸਾਡਾ ਨਾਕਾ ਲੱਗਾ ਹੋਇਆ ਸੀ, ਉੱਥੇ ਇਹਨਾਂ ਨੂੰ ਸ਼ੱਕ ਦੀ ਬਿਨਾਂ 'ਤੇ ਰੋਕ ਕੇ ਪਕੜਿਆ ਗਿਆ ਅਤੇ ਜਦੋਂ ਸਰਚ ਦੌਰਾਨ ਸਾਨੂੰ ਰਿਕਵਰੀ ਸਰ ਇਹ ਟ੍ਰੇਨ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਆਏ ਅਫੀਮ ਨੂੰ? ਅਗਰ ਸਟੇਸ਼ਨ ਤੇ ਆਉਂਦੇ ਆ ਤੇ ਉੱਥੇ ਚੈਕਿੰਗ ਪੁਆਇੰਟ ਏਰੀਆ ਹੁੰਦੇ ਨੇ, ਉੱਥੇ ਚੈਕਿੰਗ ਵਗੈਰਾ ਕੀਤੀ ਗਈ ਸੀ ਪੁਲਿਸ ਵੱਲੋਂ ਇਹਨਾਂ ਦੀ? ਇਹ ਹੁਣ ਤਫਤੀਸ਼ ਦੇ ਵਿੱਚ ਆਏਗਾ ਕਿ ਕਿਸ ਤਰੀਕੇ ਨਾਲ ਚੈਕਿੰਗ ਕੀਤੀ ਗਈ ਸੀ, ਹਾਊ ਦੇ ਕ੍ਰੋਸ ਦੈਟ। ਇਹ ਜਿਹੜੇ 2 ਜਣੇ ਨੇ ਇਹਨਾਂ ਦੇ ਨਾਲ ਹੋਰ ਵੀ ਨੇ ਕਿ ਸਿਰਫ ਇਹ 2 ਹੀ? ਉਹ ਵੀ ਹੁਣ ਅੱਗੇ ਫਾਰਵਰਡ ਬੈਕਵਰਡ ਲਿੰਕੇਜ ਆਣਗੀਆਂ ਜੀ ਕਿ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਅੱਗੇ ਦੇਣੀਆਂ ਸੀ, ਉਹ ਸਾਰੀ ਅੱਗੇ ਤਫਤੀਸ਼ ਦੇ ਵਿੱਚ ਆਏਗਾ ਲਗਾਤਾਰ, ਕਿਉਂਕਿ ਪੁਲਿਸ ਜਿਹੜਾ ਐਂਟੀ ਡਰਗ ਕੰਪੇਨ ਦੇ ਦੌਰਾਨ ਜਿਹੜਾ ਕਾਫੀ ਅਫੀਮ ਫੜ ਚੁੱਕੀ ਹੈਗੀ ਹੈ, ਪਿੱਛੇ ਇੱਕ ਵੱਡਾ ਰੈਕਟ ਵੀ। ਜੀ ਜੀ ਜੀ, ਇਹ ਵੀ ਕੋਈ ਰੈਕਟ ਦਾ ਹਿੱਸਾ ਹੈ? ਇਹ ਹੁਣ ਤਫਤੀਸ਼ ਦੇ ਵਿੱਚ ਹੀ ਕਲੀਅਰ ਹੋ ਜਾਏਗਾ ਕਿਸ ਕਿਸ ਨਾਲ ਇਹਨਾਂ ਦੀ ਅਟੈਚਮੈਂਟ ਹੈਗੀ ਹੈ, ਇਹਨਾਂ ਦੇ ਮੋਬਾਈਲਸ ਅਸੀਂ ਕਬਜ਼ੇ 'ਚ ਲਏ ਨੇ, ਉਹਨਾਂ 'ਚੋਂ ਹੁਣ ਫਰਦਰ ਜਿਹੜੇ ਲਿੰਕੇਜ ਨੇ ਉਹ ਫਾਰਵਰਡ ਐਂਡ ਬੈਕਵਰਡ ਦੋਨੋਂ ਹੀ ਵਰਕਆਊਟ ਕਰਨ। ਆਰੋਪੀਆਂ ਦਾ ਕੀ ਨਾਮ ਹੈ ਔਰ ਇਹਨਾਂ ਦਾ ਕੀ ਮਾਮਲਾ ਹੈ? ਇਹ ਆਰੋਪੀ ਦਾ ਇੱਕ ਜਿਹੜਾ ਬੰਦਾ ਜੀ, ਉਹਨਾਂ ਦਾ ਬਲਵੰਤ ਕੁਮਾਰ ਹੈ ਤੇ ਲੇਡੀ ਦਾ ਨਾਮ ਬਿਮਲਾ ਦੇਵੀ ਹੈ। ਇਹ ਦੋਨੋਂ ਇੱਥੇ ਦੇ ਰਹਿਣ ਵਾਲੇ ਕਿ ਪ੍ਰਵਾਸੀ? ਨਹੀਂ, ਇਹ ਦੋਨੋਂ ਪ੍ਰਵਾਸੀ ਹੈ ਜੀ, ਝਾਰਖੰਡ ਦੇ ਰਹਿਣ ਵਾਲੇ। ਦੋਨਾਂ ਵੱਲੋਂ ਕੀਤਾ ਜਾ